스마노가 빠끈 도야시 부디타냐 따라 부디야 가라자 내가 장비 부리기 좀 했다 समान हो गया पैक होटल लग रहा अपना छोटा रूम जगतार भाई कैम तैयार हाँ डब्बू कर ली तैयारी हाँ भी सरदार चला मैं फिर बाहर देख ली कोई समान समान गर्दन जन्नत है सर जी जन्नत यो अपनी बालकनी का व्यू गुड मॉर्निंग फ्रॉम सुंदर नगर गुड मॉर्निंग जी सर अभी चार भाई बिस्कुट खा रहे हैं जहाँ से उरा ना देखा है उरा देखा अपने मुंह ना देखा दे देख रहे हैं भाई कैसा लग रहा है भाई नहीं भाई गुड मॉर्निंग वीर जी सारे नो अरे आज मणिकरण साहब उमर आड़ा लगू मन कीर्त साहब कह गया था मिठे आड़ा भी आ गया परा चल लग रहे भाई चलाई बगे नू मंडी मारेंगे सीधी ब्रेक का जागा इस मोटरसाइकिल का पायलट जगतार उरलेगा हमारा सरदार जगतार सरदार पते स्पोर्ट मोटरसाइकिल 50,000 चलो फिर पते स्पोर्ट चला थारी ठीक है बबुआ चलो मंडी गुरुद्वारे में रुके थे तो यहाँ से गुरुद्वारे में गुरु गोबिंद सिंह जी की 7 फुट 6 इंच की एक तो बंदूक पड़ी आ बारूद वाली कुप्पी पड़ी आ होर समान पड़े कोई यहाँ का पहाड़ी राजा होगा सिद्ध सेन उसने गुरु गोबिंद सिंह जी ने कहा था भी यहाँ मंडी में आ जाओ औरंगजेब का रास्ता चद भी मंडी में आ जाओ भी था मनु बचाओ तो 6 महीने यहाँ गुरु गोबिंद सिंह जी रहे थे तो औरंगजेब ते मंडी बचाई थी चद के उरा सी पालकी रुकी थी का गुरु गोबिंद सिंह जी ने अपने पवित्र इस स्थान पर पैर धरे थे तो यहाँ चद का गुरुद्वारा बनया वा गुरु गोबिंद सिंह जी ने कही थी जैसे राजन बची रही हांडी वैसे ही बची रहेगी मंडी जब कोई मंडी लूटेंगे तो आसमानी गोले फूटेंगे 1280 सन की स्थापना हुई भी आते ही इतिहास है तुम गुरुद्वारा दिखावा लग गया कैसा वाहेगुरु जी का खालसा वाहेगुरु जी की फतेह71 800 का अंबाले से पुआया था 400 का अरे पड़ गया 1200 रुपए का तेल पड़ गया तो टंकी फुल हो ली और देखो ये बुम्मा देखा राम प्यारी में कितने का पड़ेगा आदमा भी नहीं आई 1200 का तेल खा गया आदमा भी नहीं पहुंचे अभी घट्टो घट्ट अंबाले से भरी थी एक टंकी जड़ी इन्हें 800 का इम्मा भी अंबाले से पड़े था उरा 450 का पड़ा 1250 का इम्मा पड़ गया 1200 का तेईस में तेल पड़ गया ये जाएंगे पत्ते तोड़ अंकल देख रहे अभी कर रहे क्या छोक रहे नप दे फिर जगतार गड्डी हथारी वाले लै का देख रहा चलो चल भी छेड़ राम प्यारी
ਜਗਤਾਰ ਖਚਾਈ ਕਿ ਨਾ ਕੋਈ ਫੋਟੋ 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 ਖਿੱਚੀ ਕਿ ਨਾ ਕੋਈ ਬਾਬਾ ਦੁੱਧ ਲੈ ਗਿਆ ਫਿਰ ਨੰਬਰ ਲੱਭੂ ਵਰਗਾ ਚੱਲ ਰਿਹਾ ਕੰਮ ਉਹਦਾ ਦੇਖੋ ਕਿਆ ਕੰਮ ਦਾ ਵਿਊ ਆ ਬਹੁਤ ਬਰਫ਼ ਵਾਲੇ ਪਹਾੜ ਦਿਖ ਰਹੇ ਕੈਮਰਿਆਂ ਪਤਾ ਨਹੀਂ ਦਿਖ ਰਹੇ ਹੋਗੇ ਪਤਾ ਨਹੀਂ ਨਹੀਂ ਪਰ ਮਾਨੂੰ ਜ਼ਰੂਰ ਦਿਖ ਰਹੇ ਆ ਪੂਰਾ ਬੰਪ ਕੰਮ ਚੱਲ ਰਿਹਾ ਬੰਪ ਫੀਲਿੰਗ ਆ ਪੂਰਾ ਸਵਾਦ ਹੈ ਰਿਹਾ ਬਾਤ ਦਾ ਪੂਰਾ ਦਸ ਫੋਟੋਆਂ ਉਤਰ ਰਹੀ ਸੈੱਟ ਨਹੀਂ ਬੈਠ ਸੈਟਿੰਗ ਨਹੀਂ ਬੈਠ ਰਹੀ ਹੈ ਜਗਤਾਰ ਹਰ ਵਧੀਆ ਕਹਿ ਰਿਹਾ ਜੈਸੀ ਹੈਗੀ ਠੀਕ ਆ ਪੰਜ ਫੋਟੋਆਂ ਖਿੱਚ ਦਿਓ ਪੂਰੀ ਗਣਕਾ ਹੋਈ ਪੰਜ ਦਿਨ ਚੱਲਣੀ ਪੂਰੀ ਰੋਜ਼ 8 ਵਜੇ ਅਪਲੋਡ ਹੋ ਜਾਏਗਾ ਜੀ ਪੂਰਾ ਤੇ ਵੀ ਦੇਖੋ ਕਿਆ ਕੰਮ ਕੇ ਲੱਗ ਰਿਹਾ ਜੰਨਤ ਆ ਬੰਨਰ ਵਾਲੀ ਜੰਨਤ ਆ ਜੀ ਆਪਣੇ ਰਾਮ ਪਿਆਰੀਆਂ ਖੜੀਆਂ ਬੈਗ ਕਿਤਨਾ ਸੈੱਟ ਕਰੇ ਵੀ ਆਪਾਂ ਨੇ ਪਹਿਲਾਂ ਉਸ ਟਾਈਮ ਪਾ ਖੜ ਗਏ ਪਰ ਫੋਟੋਆਂ ਖਿੱਚਣ ਲੱਗੇ ਸਟੋਰੀ ਸਟੋਰੀ ਬਣਾਈ ਇੰਸਟਾਗ੍ਰਾਮ ਫੋਟੋ ਖਿੱਚਣ ਦਾ ਬੋਰਡ ਵੀ ਨੀ ਪੜਿਆ ਮਾਨੇ ਉਦੋਂ ਬੰਦਾ ਬਤਾ ਗਿਆ ਕੋਈ ਉਰੀ ਗਾ ਕਹਿ ਰਿਹਾ ਬਈ ਉਰਾ ਨਾ ਖੜੋ ਹੈ ਕਹਿ ਰਿਹਾ ਆਜਾ ਪੁਲਿਸ ਵਾਲੇ ਕਾ ਪੈਸੇ ਵੀ ਲਏ ਕਾ ਗੱਲ ਚਲਾਂਦ ਕੱਟਾ ਗੀ ਤਾਰਾ ਮਾਈਕ ਤੋਂ ਮਾਰਾ ਵੀ ਕੰਮ ਹੋ ਲਈ ਖਿੱਚ ਲਈ ਦੋ ਫੋਟੋਆਂ ਦੋ ਸਰ ਜਾਗਾ ਖਬਰ ਬਣੇ ਰਹੀ ਆ ਹਮਾਰੇ ਸਾਥ ਮਿਲਤੇ ਹੈ ਆਪਕੋ ਕਿਸੀ ਉਸ ਮੋੜ ਪਰ ਉੱਪਰ ਮਿੱਟੀ ਉੱਡ ਰਹੇ ਤੇ ਆਮ ਤਾਂ ਇੱਕ ਦੂਸਰੇ ਨੂੰ ਪਛਾਣੋ ਰਹੇ ਤੇ ਮੂੰਹ ਤੋਂ ਕਾ ਪਤਾ ਲੱਗਿਆ ਵੀ ਨਹੀਂ ਜਿੰਦਾਰਾ ਆਪਣੀ ਗੱਲ ਕੀ ਨਹੀਂ ਮਿੱਟੀ ਉਹ ਮਿੱਟੀ ਜੰਮਗੀ ਦੀ ਕਿਲੋ ਕਿਲੋ ਗੁਫਾ ਨੇ ਕੰਮ ਖਰਾਬ ਕੀਤਾ ਹਾਂ ਗੁਫਾ ਨੇ 6 ਕਿਲੋਮੀਟਰ ਗੁਫਾ ਅੰਦਰ ਕੋਈ ਕਰ ਦਿੱਤੀ ਪਰ ਸਵਾਦ ਹੈਗਾ ਠੰਡੀ ਬੜੀ ਤੀ ਜੰਮੀ ਦੇ ਫੀਲਿੰਗ ਬੜੀ ਬੰਬ ਦੀ ਅੰਦਰ ਬਈ ਤੀਸਰਾ ਪਰੌਂਠਾ ਨਪਟਾ ਗਿਆ ਬੰਦਾ ਭੁੱਖ ਬਹੁਤ ਲੱਗ ਰਹੀ ਅੰਤਾਂ ਦੀ ਭੁੱਖ 6 ਮਹੀਨਿਆਂ ਦੀ ਭੁੱਖ ਲੱਗ ਰਹੀ ਇਹਨੂੰ ਦੇਖ ਕੇ ਜਗਤਾਰ ਬਾਈ ਕਿੰਨੇ ਮਾਰਿਆ ਲਵੋ ਨੇ ਮਾਰਿਆ ਲਵੋ ਖਿਜ ਰਿਹਾ ਤਾ ਕਿਤਨਾ ਪੜਿਆ ਤੂੰ ਘਰ ਵਾਲੀ ਕੀ ਯਾਦ ਹੈ ਰਹੀ ਨਿਆਣੇ ਕੀ ਨਿਆਣੇ ਬੱਚਿਆਂ ਕੀ ਤੇਰੇ ਪਰੌਂਠਾ ਤਾਂ ਖਾ ਲੇ ਠੰਡਾ ਪੀਗਾ ਪਰੌਂਠਾ ਖਾਏਗਾ ਸੁਸਤੀ ਗਿਰ ਗਈ ਤੀ ਪਰ ਜਦ ਐਂਡ ਮੈਂ ਚਾਹ ਪੀ ਘੰਟੇ ਬਾ ਹੋ ਗਏ ਅੱਧੇ ਪੌਣੇ ਕਾ ਘੰਟੇ ਕਾ ਲੈ ਲਿਆ ਰੈਸਟ 12 ਵੱਜ ਗਏ ਮਣੀਕਰਨ ਰਹਿ ਗਿਆ 50 ਕਿਲੋਮੀਟਰ ਇਹ ਮਿਲਾਂ ਮਣੀਕਰਨ ਜਾਏਗਾ ਤੁਹਾਨੂੰ ਚੱਲ ਬਈ ਆ ਜਾਓ ਜਵਾਨੋ ਮਿੱਤਰੋ ਪਹੁੰਚ ਗਏ ਕਸੋਲ ਤੋਂ ਪਹੁੰਚ ਗਏ ਬ੍ਰੇਕਾਂ ਦੇਖੋ ਕਾ ਮਾਰੀ ਮਾਰੇ ਬੰਦਿਆਂ ਨੇ ਉਹ ਦੇਖੋ ਕਾਸ ਕਿੱਦਾਂ ਬ੍ਰੇਕਾਂ ਮਾਰੀ ਕਸੋਲ ਕੋਈ ਕਲੋਲ ਤੋਂ ਤਕੜੀ ਉਹ ਹੈ ਜੀ ਦੇਖੋ ਮੈਂ ਤੁਹਾਨੂੰ ਦਿਖਾਉਂ ਪਿਛਲੇ ਕੈਮਰੇ ਗੱਲ ਇਹ ਉਹ ਦੇਖੋ ਕੱਦ ਕੇ ਦੇਖ ਰਿਹਾ ਮਰ ਜਾਣੀ ਆਪਾਂ ਦੀ ਲੈ ਗਿਆ ਪਰ ਦੇਖੋ ਕਸੋਲ ਕੇ ਨਜ਼ਾਰੇ ਬਹੁਤ ਕੰਮ ਗਾ ਕਸੋਲ ਆਪਣੀ ਰਾਮ ਪਿਆਰੀਆਂ ਖੜੀ ਉਰਾ ਆਪਣੇ ਬੰਦੇ ਖੜੇ ਉਰਾ ਲੋਕ ਘੁੰਮ ਰਹੇ ਜਗਤਾਰ ਕਾ ਦੀ ਲੈ ਗਿਆ ਮਿੰਡੀਆਂ ਵਾਲੀ ਵਾ ਇਹ ਦਿਖਾਉਣ ਲਗਾਂਗੀ ਕਰ ਲਿਓ ਕਾ ਜਾਣੀ ਮਿੰਡੀਆਂ ਵਾਲੀ ਨਹੀਂ ਲਿਓ ਜਿਹੜੀ ਦੇਖੋ ਫਿਰ ਉਹ ਜਿਹੜੀ ਮਿੰਡੀਆਂ ਕਰੀ ਜਗਤਾਰ ਫਿਰ ਕਰ ਲੈ ਬਾਤ ਜਗਤਾਰ ਨੂੰ ਸਰ ਮੈ ਗਈ ਕੋਈ ਮੇਰੀ ਵਾਲੀ ਨੂੰ ਨੂੰ ਕਰ ਜਗਤਾਰ ਸਰਮਾ ਗਿਆ ਲੱਭੂ ਕਾ ਹਾਰ ਉਹ ਖੜਾ ਲੱਭੂ ਤੋਂ ਪਿੱਛਾ ਚਲੋ ਫਿਰ ਚਲਾ ਅੱਗਾ ਚਲਾ ਉਰਾ ਤਾਂ ਉਹੀ ਕੰਮ ਆ ਬਾਕੀ ਦੇਖ ਲਿਓ ਜੇ ਕਿਸੇ ਨੂੰ ਕੁਛ ਮੰਗਵਾਉਣਾ ਉਰੇ ਤਾਂ ਦੂਸਰਾ ਸਮਾਨ ਕਾ ਸ਼ੌਕੀਨ ਉਹ ਬੰਦਾ ਲਿਆਵਾਂਗਾ ਜਗਤਾਰ ਛੋਕਰੀ ਸੋਚ ਗਿਆ ਜਿਹੜੇ ਬੜੇ ਬੜੇ ਬਾਬਾ ਕਿਆ ਬਾਤ ਜਗਤਾਰ ਤੋਂ ਵੀਰ ਅਗਰ ਇੱਜਣੀ ਦੇ ਅਗਰ ਇੱਜਰਾ ਦੇ ਤੇਰੇ ਛੱਡ ਕੇ ਚੱਕਦੇ ਕੰਮ ਨੂੰ ਵਾਹ ਸੁਲਫਾ ਦੇਖਿਆ ਫੇਰ ਲੈ ਰਹੀ ਗੁੱਡ ਨਾਈਟ ਉਹਨੇ ਤੋਂ ਆ ਗਿਆ ਓਏ ਹੋਏ
ਓਏ ਹੋਏ 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 ਕਸੋਲ ਦੇ ਨਜ਼ਾਰੇ, ਕਸੋਲ ਦੇ ਨਜ਼ਾਰੇ, ਉਹ ਬੇਟੇ ਡਾਂਸ ਹੋ ਰਿਹਾ। ਓ ਮਾਈ ਗੋਡ, ਯੇ ਚਿਲ ਮੋਡ ਆਨ ਚੱਲ ਰਿਹਾ। ਓ ਨੇ ਆਓ ਜਗਤਾਰ, ਵਟ ਇਜ਼ ਦਿਸ ਜਗਤਾਰ, ਕਿਆ ਕਰ ਰਹੇ ਹੋ ਯਹਾਂ ਪਰ, ਡਾਂਸ ਦੇਖ ਰਹਾ ਹੈ ਕਿਆ, ਸੈੱਟ ਹੋ ਰਹੀ ਹੋ ਥੋੜਾ ਆਪਾਂ ਵੀ ਠੰਡਾ ਮਨ ਪੜਿਆ ਮਨ ਮਹਿਸੂਸ ਹੋ ਰਿਹਾ ਹੈ। ਹਰੇਕ ਸਾਈਡ ਮਜ਼ਾ ਨਾ ਆਇਆ ਸੀ, ਉਹ ਦੂਜਾ ਸਵਾਲ ਆ ਰਿਹਾ ਮੇਰੇ ਸੀ ਬੰਦੇ ਨੇ ਕਿਹਾ ਕਿ ਵੀ ਕੋਈ ਤਾਂ ਹੁੰਦਾ ਉਹ ਬੈਠਣ ਨੂੰ ਚੱਲ ਗਿਆ ਉਹ ਨਹੀਂ ਬੋਲ ਬੋਲ ਸਾਹਿਬ ਜੀ ਜੋ ਮਨੀ ਕਰ ਸਾਹਿਬ ਹੋਟਲ ਚ ਇੰਜੋਏ ਹਾਏ ਹਾਏ ਇੰਜੋਏ ਹਾਏ ਹਾਏ ਇੰਜੋਏ ਕਰ ਦਿਨਾ ਹਾਏ ਬੜਾ ਮਨ ਨੂੰ ਮਿਲਿਆ ਮਿਲਿਆ ਬੜਾ ਅੰਦਰ ਦਾ ਬੜਾ ਬੰਦਾ ਬਿਆ ਚਿੱਟਾ ਦਾ ਢੇਰ ਹੋ ਰਿਹਾ ਨਹੀਂ। ਕਹਾਂ ਪਹੁੰਚ ਗਏ ਬਾਈ ਜਗਤਾਰ? ਮਨੀਕਰਨ ਸਾਹਿਬ ਪਹੁੰਚ ਲਈਏ, ਗੁਰਦੁਆਰਾ ਮੰਦਿਰ ਇੱਧਰ ਆ, ਆਪਣੇ ਬੰਦੇ ਇੱਧਰ ਆ, ਪਹਾੜ ਵੀ ਇੱਧਰ ਆ, ਉਹ ਤੋਂ ਫੋਨ ਪਟੇਰ ਵੀ ਜੀ ਆ, ਬਾਕੀ ਫੁੱਲ ਇੰਜੋਏਮੈਂਟ, ਪੂਰੀ ਘੈਂਟ ਟ੍ਰਿਪ ਚੱਲ ਰਹੀ ਆ, ਚੱਲਦਾ ਦ੍ਰਿਸ਼ ਦਿਖ ਰਿਹਾ, ਇੱਕ ਤੋਂ ਇੱਕ ਸਵਾਦ ਆ ਰਿਹਾ ਪੂਰਾ, ਸਾਰਾ ਮਨੀਕਰਨ ਲਾਈਵ ਦਿਖ ਰਿਹਾ। ਹਾਏ ਹਾਏ ਸਹੀ ਬਾਤ ਆ, ਚਾਰੋ ਪਾਸੇ ਤੇ ਸਾਰਾ ਦਿਖ ਰਿਹਾ। ਇਹ ਗੁਰਦੁਆਰਾ ਜੀ ਮਨੀਕਰਨ ਸਾਹਿਬ ਦਾ, ਹਾਂ ਉਹ ਮੰਦਿਰ ਆ ਜੀ ਸਾਹਮਣੇ, ਉਹ ਪਾਰਕਿੰਗ ਆ ਜੀ, ਉਹ ਪਾਰਕਿੰਗ ਆ ਸਾਹਮਣੇ ਮੰਦਿਰ ਸ਼ਿਵ ਜੀ ਦਾ। ਹਾਂ ਹੈ ਜੀ, ਤਾਂ ਪਹਾੜ ਆ ਜੀ, ਚਟਾਂਗ ਆ ਬਹੁਤ ਬੜੀ, ਪਹਾੜੋ ਪਹਾੜ ਪਹਾੜੋ ਪਹਾੜ ਚੱਲ ਰਹੇ। ਇਹ ਹੋਟਲਾਂ ਜੀ, ਜਿਤਨੇ ਮਰਜ਼ੀ ਕਮਰੇ ਦੇ ਹੋ ਆ ਕੇ ਬੁੱਕ ਕਰੋ, ਰੇਟ ਰੂਟ ਬਤਾ ਦੇ ਕਿਤਨੇ ਦਾ ਰੇਟ ਹੈ ਜੀ ਉਰੇ ਤੇ 1500 ਤੇ ਲੈ ਕੇ 5000 ਤੱਕ। ਆਪਾਂ ਨੇ ਕਿਤਨੇ ਦਾ ਲਿਆ? ਆਪਾਂ ਨੇ ਲਿਆ 2500 ਦਾ। ਔਰ ਯੋ ਇੱਧਰ ਕਿਆ ਗਿਆ ਅੱਗਾ ਦੇਖ, ਲਾਲ ਲਾਲ ਸੇ, ਯੋ ਤੋਂ ਬਰਫ ਕਰਕੇ ਛੱਤਾਂ ਸੀ ਬਾਹਰ ਕੀ ਵੀ ਬਰਫ ਨਾ ਰੁਕਾ ਛੱਤਾਂ ਵਾ, ਬਰਫ ਬਹੁਤ ਪੜਾ ਬਾਈ ਜੀ ਉਰੇ ਸਿਆਲਾਂ ਚ। ਠੀਕ ਆ ਬਾ, ਹਾਂਜੀ ਹਾਂ, ਨੇ ਟੈਂਕੀਆਂ ਇਤਨੀ, ਇਹ ਟੈਂਕੀਆਂ ਹੋਟਲ ਬੜਾ ਏ ਇਸ ਕਰਕੇ ਸਰਦਾ ਨੀ। ਠੀਕ ਆ ਜੀ, ਇਸ ਕਰਕੇ 4 ਟੈਂਕੀਆਂ ਰਖਵਾਈ ਹੋਈ ਨੇ ਬੜੀ। ਠੀਕ ਆ ਜੀ, ਮਤਲਬ ਪੂਰਾ ਵਧੀਆ ਸੀਨ ਆ ਉਰੇ ਘੈਂਟਾ। ਇਹ ਯੋ ਕੌਣ ਹੈ? ਯੋ ਲਾਪਰੀ ਸੰਤੂ ਹੈ ਜੀ। ਔਰ ਉਸ ਦੇ ਨੇੜੇ ਕੌਣ ਹੈ? ਇੱਧਰ ਇੱਧਰ ਕੌਣ ਹੈ? ਜਗਤਾਰ ਸੰਧੂ ਬਾਈ ਹੈ। ਔਰ ਯੋ ਕੌਣ ਹੈ? ਯੋ ਸੁਖ ਸੰਧੂ। ਅੱਛਾ, ਅਰੇ ਕੈਮਰੇ ਕੇ ਪਿੱਛੇ ਕੌਣ ਹੈ? ਯੋ ਸੁਖਜੀਤ ਸੰਧੂ। ਆ ਤੇਰੇ ਛੱਡ ਗਏ ਬਾਜੀ ਬਾ ਜਗਤਾਰ, ਡੈਡ ਜੱਟ। ਹਾਏ ਹਾਏ, ਚੱਲ ਫਿਰ ਚੱਲਾਂ ਨੀ ਚਾ ਮੱਥਾ ਮੁੱਥਾ ਟੇਕਾਂ ਵਾ ਘੁੰਮ ਗਾ ਵਾ। ਲਾਈਵ ਦਿਖਾ ਦਿਆ ਸਾਰਾ? ਬਸ ਦਿਖਾ ਦਿਆ। ਠੀਕ ਆ ਜੀ, ਬਹੁਤ ਧੰਨਵਾਦ ਆਪਕਾ। ਠੀਕ ਆ ਜੀ, ਘਰ ਬੈਠੇ ਵੀਡੀਓ ਬਣਾਉਂਗਾ ਜੀ। ਬਸ 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 ਪੂਰਾ ਬਾਬਿਆਂ ਨੂੰ ਕੋਈ ਉਸ ਤਰ੍ਹਾਂ ਅੱਗ ਬਾਲਣ ਦੀ ਲੋੜ ਨਹੀਂ ਹੈ। ਕਈ ਬਾਬੇ ਇਕੱਠੇ ਹੋ ਰਹੇ ਸਿੱਖੋ ਦੇ, ਬਾਬਾ ਗੁਰੂ ਨਾਨਕ ਦੇਵ ਜੀ, ਗੁਰੂ ਜੀ ਦਾ ਬਾਤ, ਕਈ ਬਾਬਿਆਂ ਦਾ ਉਹ ਆਉਂਦਾ ਸਥਾਨ, ਤਾਂ ਇਸ ਕਰਕੇ ਠੀਕ ਪਾ ਜਾਂ। ਬਸ ਬਸ, ਪਰਾਂ ਦੇਖੋ ਪਰਾਂ ਵੀ ਸੈਲਫੀ ਹੋ ਰਹੀ, ਜੁੜਾ ਹੋ ਗਿਆ ਪੂਰਾ ਸੀ ਬਾ, ਪਾਣੀ ਹੋ ਗਿਆ, ਕੜੀ ਬਣ ਰਹੀ, ਦਾਲ ਬਣ ਰਹੀ, ਚੌਲ ਬਣ ਰਹੇ, ਬਸ ਚਾਹ ਚਾਹ ਬਣਾਉਣੀ ਹੋਵੇ ਬਾਬਿਆਂ ਨੂੰ। ਚੱਲ ਚਲਾਓ ਬਾਈ, ਚੱਲਦਾ ਰਹੇਗਾ।
ਪਾਣੀ ਉੜੀ ਨਿਕਲ ਰਿਹਾ ਨਾਰੇ ਵੀ ਲਾਉਂਗਾ ਚੋਲ ਬਣ ਜਾ ਜੇ ਦੋ ਹੱਥ ਲਾਵਾਂਗੇ ਇੰਜ ਲਗਾ ਫੂਕ ਜੂਗਾ ਮੈਂ ਜੇ ਮਾਂ ਬੜਾ ਲਗਾ ਬਹੁਤ ਨਜ਼ਾਰਾ ਠੀਕ ਹੈ ਮੱਥਾ ਹਾਂ ਜੀ ਗਰਮ ਪਾਣੀ ਡੁੱਬਦਾ ਹੋਵੇ ਪੂਰਾ ਚੋਲ ਗੇਰਦੇ ਹਾਂ ਮੈਂ ਚੋਲ ਆਪੋ ਉੱਬਲੇ ਦਾ ਬਣ ਜਾਣ ਚੋਲ ਅਤੇ ਚੋਲ ਹੋਏਗਾ ਗੇਰ ਦਾ ਪਾਣੀ ਵਾ ਇੱਕ ਤੋਂ 1080 ਦੀ 1500 ਦੀ ਮੈਂ ਲਗਾ ਨੀ ਬਤਾ ਦੋ ਦੀਆ ਰੇਟ ਇੰਜੋਏ ਕਰ ਰਹੇ ਚੁੜਿਆ ਪੂਰਾ ਕਰ ਕਰਾਇਓ ਲੈਣੀ ਆ ਮੈਨੂੰ ਕਿਆ ਚੀਜ਼ ਜੀ ਉਹ ਦੱਸੋ ਜੀ ਥੈਂਕ ਯੂ ਥੈਂਕ ਯੂ ਨਿਗਾਹ ਇਸ ਦੀ ਪਹਿਲਾਂ ਗਈ ਬੰਦਾ ਦੇਖੀ ਅੱਛਾ ਯੋ ਅੱਛਾ ਯੋ ਇਹ ਖੁਸ਼ ਹੋ ਗਿਆ ਦੇਖ ਕੇ ਉਹ ਚੱਕ ਦੀ ਬਾਰ ਕਿੰਨੇ ਦੀ ਗੱਲ ਹੈ ਸੁੰਦਰ ਨਗਰ ਤੇ ਆਏ ਆਪਾਂ ਮੰਡੀ ਨੂੰ ਘੁੰਮਦੇ ਹੋਏ ਪੂਰੇ ਅੱਜ ਇੰਜੋਏ ਮਾਰਿਆ ਤੋ ਕੱਲੂ ਯਹਾਂ ਤੇ ਲਿਖਣ ਕਾ ਰਵਾਨਾ ਹੋਵਾਂਗੇ ਜੇ ਬੈਠੇ ਆਪਾਂ ਮਣੀਕਰਨ ਸਾਹਿਬ ਯਹਾਂ ਤੇ ਸਵੇਰੇ ਸਾਜਰਾ ਛੁੱਟ ਲੇਂਗੇ ਉਹ ਤੁਹਾਨੂੰ ਨੈਕਸਟ ਵੀਡੀਓ ਪਤਾ ਲੱਗਾ ਕਹਾਂ ਕਹਾਂ ਨੂੰ ਗਏ ਕਿਆ ਕਿਆ ਹੋਇਆ ਬਾਕੀ ਕੋਈ ਗਲਤੀ ਸਲਤੀ ਮਾਫ਼ ਕਰਿਓ ਕਸੋਲ ਮਾ ਤੋਂ ਸਵਾਦ ਤੇ ਮਿਲਾਂਗੇ ਅਗਲੀ ਵੀਡੀਓ ਵਾ ਕੱਲ ਸਵੇਰੇ ਯਹੀ ਤੇ ਸਟਾਰਟ ਕਰ ਦੇਂਗੇ ਗੁੱਡ ਨਾਈਟ ਵੀਰਿਓ ਰੱਬ ਰੱਖਾ ਸਾਰਿਆਂ ਦਾ ਜੀ ਆਪਣੀ ਤੋਂ ਹੋਗੀ ਗੁੱਡ ਨਾਈਟ ਇੰਸਟਾਗ੍ਰਾਮ ਪਾ ਮਾਰਾ ਜਾਵੜੀਆਂ ਔਰ ਸੋਮਾ ਜਲਦੀ ਸੋਣਾ ਪੜਾ ਰਿਹਾ ਜਲਦੀ ਉੱਠਕਾ ਜਾਣਾ ਰੱਬ ਸੁੱਖ ਰੱਖੇ ਮਿਲਾਂ ਜੀ ਫਿਰ ਬਾਏ ਬਾਏ ਬਾਏ